ਹਾਏ ਯਾਰ, ਕਦੋਂ ਹੋਊਗਾ ਮੇਰਾ ਵਿਆਹ? ਪਤਾ ਨਹੀਂ ਕਦੋਂ ਹੋਣਾ। ਮੇਰੇ ਤੇ ਹੱਥਾਂ ਦੇ ਵਿੱਚ ਵਿਆਹ ਵਾਲੀਆਂ ਲੀਕਾਂ ਵੀ ਘਸ ਗਈਆਂ। ਪਤਾ ਨਹੀਂ ਕਦੋਂ ਵਿਆਹ ਹੋਣਾ ਮੇਰਾ। ਇੱਕ ਤੋਂ ਇੱਕ ਸੁਨੱਖਾ ਮੁੰਡਾ ਮੇਰੇ ਸੁਪਨੇ 'ਚ ਆਇਆ, ਪਰ ਮਜਾਲ ਆ ਕਿ ਉਹਨਾਂ ਨੇ ਕਿਸੇ ਨੂੰ ਹਾਂ ਕੀਤੀ ਹੋਵੇ। ਪਤਾ ਨਹੀਂ ਇਹਨਾਂ ਨੂੰ ਕੀ ਬਿਮਾਰੀ ਪੈਂਦੀ ਆ, ਹਰ ਵਾਰ ਇੱਦਾਂ ਹੀ ਕਰਦੇ ਆ, ਕੋਈ ਨਾ ਕੋਈ ਸਿਆਪਾ ਵਿੱਚ ਹੀ ਪਾ ਕੇ ਬਹਿ ਜਾਂਦੇ ਆ। ਚੰਗੇ ਭਲੇ ਲਾਵਾਂ ਫਿਰੇ ਹੋਣ ਲੱਗਦੇ ਆ, ਹੋਣ ਹੀ ਨਹੀਂ ਦਿੰਦੇ। ਪਤਾ ਨਹੀਂ ਕਦੋਂ ਲਾਵਾਂ ਫਿਰੇ। ਨਹੀਂ ਸ਼ੌਂਕਣੇ, ਰੌਲਾ ਕੀ ਹੈ? ਰੌਲਾ ਇਹ ਆ ਕਿ ਮੇਰੇ ਜੀਜੇ ਮੇਰਾ ਵਿਆਹ ਨਹੀਂ ਹੋਣ ਦਿੰਦੇ ਪਏ। ਸੇਮ ਪ੍ਰੋਬਲਮ ਇੱਧਰ ਵੀ ਹੈ, ਮੇਰੇ ਜੀਜੇ ਵੀ ਨਹੀਂ ਹੋਣ ਦੇ ਰਹੇ ਮੇਰੇ ਲਾਵਾਂ ਫੇਰੇ। ਆਏ ਹਾਏ ਯਾਰ, ਇੱਧਰ ਮੇਰੇ ਲਾਵਾਂ ਫੇਰੇ ਵੀ ਨਹੀਂ ਹੋ ਰਹੇ, ਮੇਰੇ ਵੀ ਜੀਜੇ ਸਿਆਪਾ ਪਾ ਕੇ ਬੈਠੇ ਆ। ਉਹ ਜੀਜੇ ਦੀ ਸਲਾਹ ਤੋਂ ਬਿਨਾਂ ਤਾਂ ਕੋਈ ਫੇਸਬੁੱਕ ਤੇ ਲਾਈਵ ਨਹੀਂ ਹੁੰਦਾ। ਤੁਸੀਂ ਪਟਾਰਾ ਚੈਨਲ ਤੇ ਲਾਈਵ ਹੋ ਬੈਠੇ ਹੋ ਹੈ? ਜੀਜੇ ਤੁਸੀਂ ਕਿੱਦਾਂ ਆ ਗਏ? ਤੁਰ ਕੇ ਆਏ ਹੋ, ਹੋਰ ਮੇਰੇ ਲਈ ਤੂੰ ਹੈਲੀਕਾਪਟਰ ਕਰਾਇਆ ਸੀ। ਪਹਿਲਾਂ ਮੈਨੂੰ ਦੱਸੋ ਵੀ ਜੀਜੇ ਜੀਜੇ ਕੀ ਮਤਲਬ ਸ਼ਹਿ ਹੈ, ਕੀ ਆ? ਆ ਦੇਖਦਾ ਨਹੀਂ ਸਾਲ ਦਾ ਸੂਤ ਦਾ ਜੀਜਾ ਬੈਠਾ ਤੇਰੇ ਸਾਹਮਣੇ ਹੈ? ਤੁਸੀਂ ਬਾਰ ਬਾਰ ਕਹੀ ਜਾਂਦੇ ਜੀਜੇ ਸ਼ਹਿ ਸ਼ਹਿ, ਅੱਜ ਨੂੰ ਤੁਸੀਂ ਸ਼ੌਂਕਾਂ ਦੇ ਸੁਪਨੇ 'ਚ ਆ ਗਏ, ਉੱਤੋਂ ਉਹਨਾਂ ਵਿਚਾਰਿਆਂ ਦਾ ਵਿਆਹ ਨਹੀਂ ਹੋਣ ਦਿਆ, ਉੱਤੋਂ ਮੇਰੇ ਜੀਜੇ ਮੇਰੇ ਸਿਆਪਾ ਪਾ। ਉਹਨਾਂ ਦਾ ਕਿਉਂ ਨਹੀਂ ਹੋ ਰਿਹਾ? ਉਹਨਾਂ ਦਾ 16 ਫਰਵਰੀ ਨੂੰ ਹੋ ਰਿਹਾ, ਤੈਨੂੰ ਕਿਹੜਾ ਕਦੋਂ ਵੀ ਹੁੰਦਾ ਨਹੀਂ? ਹਜੇ ਕਨਫਰਮ ਤਾਂ ਨਹੀਂ ਹੈ। ਕਨਫਰਮ ਕਿਉਂ ਨਹੀਂ? ਹਜੇ ਤਾਂ ਇਹ ਹੈ ਕਿ 16 ਫਰਵਰੀ ਨੂੰ ਹੋਣਗੇ ਮੇਰੇ ਲਾਵਾਂ ਫੇਰੇ, ਉਹ ਵੀ ਸ਼ਾਇਦ। ਸ਼ਾਇਦ ਕਿਉਂ ਹੋਣਗੇ? ਅੱਛਾ ਤੁਸੀਂ ਹੁਣ ਲੜੋ ਨਾ। ਸੋ ਅੱਜ ਸ਼ੌਂਕਾਂ ਦੇ ਸੁਪਨੇ ਵਿੱਚ ਆਏ ਨੇ ਜੀ ਲਾਵਾਂ ਫੇਰੇ ਦੀ ਟੀਮ। ਤਾੜੀਆਂ! ਲਓ ਜੀ, ਆਪਾਂ ਹੀ ਪਾ ਲਓ। ਥੈਂਕ ਯੂ ਸੋ ਮਚ ਕਰਮਜੀਤ ਅਨਮੋਲ ਜੀ, ਰੁਬੀਨਾ ਬਾਜਵਾ ਜੀ, ਸ਼ੌਂਕਾਂ ਦੇ ਸੁਪਨੇ ਵਿੱਚ ਆਉਂਦੀ। ਵੈਸੇ ਨਾ ਗੱਲ ਸੱਚੀ ਆ, ਜੀਜੇ ਤੁਸੀਂ ਬਾਰ ਬਾਰ ਬੋਲੀ ਜਾ ਰਹੇ ਹੋ, ਤਿੰਨੋ ਜਣੇ ਮਿਲ ਕੇ ਉਹ ਦੋ ਜੀਜੇ ਕਿੱਥੇ ਰਹਿ ਗਏ? ਉਹ ਤਾਂ ਹੁਣ ਇਹਨੂੰ ਪੁੱਛੋ ਪੰਡਤ ਮੁੰਡਤ ਕੋ ਜਾਓ, ਕੁੰਡਲੀ ਕੰਡਲੀ ਦਿਖਾਓ। ਵੈਸੇ ਪੰਜਾਬੀ ਜ਼ਿਆਦਾ ਵਿਸ਼ਵਾਸ ਤਾਂ ਨਹੀਂ ਕਰਦੇ ਇਹਨਾਂ ਚੀਜ਼ਾਂ ਦੇ ਵਿੱਚ, ਪਰ ਫਿਰ ਵੀ ਕੀ ਪਤਾ ਹੁੰਦਾ ਆ, ਕੋਈ ਉਪਾਅ ਕੋ ਕੰਮ ਆ ਜੇ। ਕੋਈ ਗੱਲ ਨੀ, ਵੈਸੇ ਤਾਂ ਮਜ਼ਾ ਹੀ ਹੋਣ ਡਿਆ ਜੀ, ਦੋ ਚਾਰ ਵਧੀਆ ਲੱਗ ਰਿਹਾ। ਚਲੋ ਆਪਾਂ ਦੇਖਾਂਗੇ 16 ਫਰਵਰੀ ਨੂੰ ਸਾਰੇ ਜਾਣੇ। ਉਸ ਤੋਂ ਪਹਿਲਾਂ ਮੈਂ ਤੁਹਾਡੇ ਤਿੰਨਾਂ ਕੋਲ ਬੁਝਾਰਤਾ ਪੁੱਛੂਗੀ, ਤੁਸੀਂ ਬੁੱਝਣੀ ਆ। ਚਲੋ ਜੀ, ਮਿੱਟੀ ਦਾ ਕੋੜਾ ਪਸੰਦ ਆਈ? ਮਿੱਟੀ ਦਾ ਕੋੜਾ, ਹਾਂ ਸੋ ਕੋੜਾ, ਹਾਂ ਮਿੱਟੀ ਦਾ ਕੋੜਾ, ਹਾਂ ਮਿੱਟੀ ਦਾ ਕੋੜਾ, ਹਾਂ ਮਿੱਟੀ ਦਾ ਜਿਹਦੇ ਕੋੜਾ। ਨਹੀਂ ਨਹੀਂ ਸਹੀ ਬੋਲ ਰਹੀ ਹੈ ਤੁਸੀਂ, ਸਹੀ ਬੋਲ ਰਹੇ, ਸਹੀ ਬੋਲ ਰਹੇ ਆ। ਮੈਂ ਨਾਲ ਅਰਬੀ ਨਾ ਤੇਰੇ। ਮਿੱਟੀ ਦਾ ਕੋੜਾ, ਲੋਹੇ ਦੀ ਲਗਾਮ, ਲੋਹੇ ਦੀ ਲਗਾਮ, ਬੈਠਾ ਗੁਦਗੁਦਾ ਪਠਾਨ। ਦੇਖੋ ਉਹਦੇ ਬਿਨਾਂ ਆਪਾਂ ਜੋ ਮਰਜ਼ੀ ਕਰ ਲਓ, ਤੁਸੀਂ ਉਹਦੇ ਬਿਨਾਂ ਰਹਿ ਨਹੀਂ ਸਕਦੇ। ਔਰ ਉਹ ਸਭ ਤੋਂ ਜ਼ਿਆਦਾ ਸਵਾਦ ਆਪਣੇ ਦੀਆਂ ਲੱਗਦੀਆਂ ਨੇ। ਹਾਂਜੀ ਹਾਂਜੀ, ਜ਼ਿਆਦਾ ਹਿੰਟ ਨਹੀਂ ਦੇਣਾ ਤੁਹਾਨੂੰ। ਸਵਾਦ ਦੀਆਂ ਲੱਗਦੀਆਂ ਨੇ, ਕੀ ਯਾਰ ਹੋ ਸਕਦਾ? ਦਰਬਾਰ ਵਿੱਚ ਲੈਪਰਾਂ ਦਾ ਖੜੀ ਸੀ, ਕੁਛ ਮੋਤੀਆਂ ਨਾਲ ਜੜੀ ਸੀ, ਲਾਲਾ ਜੀ ਦੇ ਭਾਗ ਵਿੱਚ ਤੁਸ਼ਾਲਾ ਲੈ ਖੜੀ ਖੜੀ ਸੀ, ਇਹ ਛੱਲੀ ਹੈ? ਸਾਵਣ ਭਾਦੋ ਬਹੁਤ ਚਲਤ ਹੈ, ਪੋਹ ਮਾਘ ਵਿੱਚ ਥੋੜੀ। ਛਤਰੀ ਨਾਲ ਰਿਲੇਟ ਹੀ ਆ। ਦੁਬਾਰੇ ਬੋਲੋ, ਕਿਆ ਬਾਤ ਹੈ ਜੀ? ਇੱਕ ਸੌਖੀ ਜੀ ਬੁਝਾਰਤ ਮੈਂ ਪੁੱਛਾਂ, ਹੋਰ ਨਿੱਕੀ ਜੀ ਕੁੜੀ ਲੈਪਰਾਂ ਦਾ ਤੁਰੀ ਨਾਗ 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 ਕਿਤੋਂ ਆ ਗਿਆ? ਨਿੱਕੀ ਜੀ ਕੁੜੀ ਲੈਪਰਾਂ ਦਾ ਤੁਰੀ, ਐਡੀ ਕੁ ਚਲੋ ਸੂਈ ਤੇ ਧਾਗਾ ਨਾਗ ਭੁਲੇਖਾ ਪੈ ਗਿਆ ਸਮੂਹ ਉੱਪਰ ਵਾਲੀ ਦੀ ਨਾਗ। ਚਲੋ ਨਿੱਕੀ ਜੀ ਪਿਦ ਨਹੀਂ, ਪਿਦ ਪਿਦ ਕਰਦੀ ਸਾਰੇ ਬਾਜ਼ਾਰ ਦੀ ਲਿੱਤ ਇਕੱਠੀ ਕਰਦੀ ਝਾੜੂ। ਦੇਖੋ
ਹੁਣ ਜੀਜਾ ਜੀ ਨੇ ਲਾਵਾਂ ਫਿਰ ਤੁਹਾਡੇ ਕਰਾ ਕੇ ਆਪਾਂ ਕਰਵਾ ਕੇ ਭੇਜਣਾ ਇੱਥੋਂ ਜੋ ਮਰਜ਼ੀ ਹੋ ਜਾਣ ਤੁਸੀਂ ਸਾਰੇ ਸ਼ੌਂਕਨ ਦੇ ਸੁਪਨੇ ਚ ਆਏ ਹੈ ਨਾ ਫਿਰ ਆਪਾਂ ਬ੍ਰੇਕ ਲੈ ਲਈਏ ਰੂਬੀਨਾ ਸ਼ੋਰ ਲੈਟਸ ਟੇਕ ਅ ਬ੍ਰੇਕ ਲੈਟਸ ਟੇਕ ਅ ਬ੍ਰੇਕ ਹੇ ਓਪਨਿੰਗ ਹੋ ਗਈ ਕਹਿ ਦੋ ਸਵਾਗਤ ਹੈ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡਾ ਸਵਾਗਤ ਬਹੁਤ ਜ਼ਿਆਦਾ ਸਵਾਗਤ ਹੈ ਬਹੁਤ ਜ਼ਿਆਦਾ 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 ਸਵਾਗਤ ਇਹਨਾਂ ਦੇ ਲਾਵਾ ਫਿਰਿਆਂ ਦਾ ਇਹਨਾਂ ਦੇ ਲਾਵਾ ਫਿਰਿਆਂ ਤੇ ਬਹੁਤ ਬਹੁਤ ਸਵਾਗਤ ਅੱਛਾ ਚਲੋ ਜੀ ਹੁਣ ਆਪਣਾ ਨਾ ਸੈਕਿੰਡ ਸੈਗਮੈਂਟ ਆਪਾਂ ਸ਼ੁਰੂ ਕਰਾਂਗੇ ਗੇਮਸ ਵਾਲਾ ਓਕੇ ਜੀ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਖੇਡਾਂਗੇ 15 ਕਿੱਲਾ ਆਪਣੀ ਪਟਾਲਾ ਵਾਲੀ ਸ਼ਤਰੰਜ ਖੇਡਣ ਲੱਗੇ ਦੇਖੋ ਨੇ ਚੁੱਪ ਇਹ ਮੁਸ਼ਰੰਜ ਲੱਗਦੀ ਮੈਨੂੰ ਦੇਖੋ ਇਹਦੇ 'ਚ ਆਪਾਂ ਕੁਛ ਚੀਜ਼ਾਂ ਪਾਈਆਂ ਹੋਈਆਂ ਨੇ ਸੋਹਣੀਆਂ ਸੋਹਣੀਆਂ ਜੀ ਅਤੇ ਆਪਾਂ ਤੁਹਾਡੇ ਕੋਲ ਤਿੰਨਾਂ ਕੋਲੋਂ ਇੱਕ ਇੱਕ ਵਾਰੀ ਕਢਵਾਵਾਂਗੇ ਓਕੇ ਠੀਕ ਹੈ ਤੁਸੀਂ ਵੀ ਅੱਖਾਂ ਨਾਲ ਹੀ ਬੰਦ ਕਰੋਗੇ ਜਦੋਂ ਅਨਮੋਲ ਜੀ ਕੱਢੋਗੇ ਤੁਹਾਨੂੰ ਫਿਰ ਪਤਾ ਲੱਗ ਜਾਣਾ ਵਿੱਚ ਕੀ ਹੈਗਾ ਹੈ ਠੀਕ ਹੈ ਹਾਂਜੀ ਇੰਨੀਆਂ ਕੀ ਬੰਦ ਹੁੰਦੀਆਂ ਚਲੋ ਕਰੋ ਬੰਦ ਚਲੋ ਅਨਮੋਲ ਜੀ ਤੁਸੀਂ ਵੀ ਬੰਦ ਕਰੋ 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 ਖੋਲਣੀ ਹੈ ਨਹੀਂ ਅੱਛਾ ਸ਼ਗਨ ਪਾ ਤੁਹਾਨੂੰ ਹੁਣ ਮੋੜ ਨਾਲ ਤੇਰੀ ਜ਼ਿੰਮੇਵਾਰੀ ਹੈ ਮੇਰੇ ਮੁੰਡੇ ਦੀ ਛੜੀ ਤੇ ਦੇਖੋ ਜਰਾ ਸ਼ਗਨ ਸ਼ਗਨ ਵਾਲਾ ਲਿਫਾਫਾ ਕਿਸੇ ਨੇ ਕਦੀ ਕਿਸੇ ਦੇ ਵਿਆਹ ਤੇ ਖਾਲੀ ਸੱਚੀ ਚ ਦਿੱਤਾ ਆ ਕਦੇ ਨੀ ਮੈਂ ਤਾਂ ਨੀ ਕਦੇ ਦਿੱਤਾ ਖਾਲੀ ਆਏ ਬਹੁਤ ਹੈ ਆਏ ਸੀ ਤੁਹਾਡੇ ਵਿਆਹ ਤੇ ਪਤਾ ਲੱਗੇ ਬੰਦੇ ਬੰਦੇ ਫੜੇ ਪਾ ਚੁੱਕੇ ਬੜੇ ਨਹੀਂ ਤੁਸੀਂ ਕਦੀ ਦਿੱਤਾ ਖਾਲੀ ਯਾਰ ਦੇ ਕੇ ਦੇਖ ਲਿਓ ਇੱਕ ਵਾਰ ਤੁਹਾਡੇ ਵਿਆਹ ਤਾਂ ਜ਼ਰੂਰ ਗੱਲ ਨਹੀਂ ਏਦਾਂ ਦਾ ਕੁਛ ਨੀ ਕਰਨਾ ਚਲੋ ਜੇ ਵੈਸੇ ਤੁਸੀਂ ਲਿਖ ਕੇ ਪਾ ਦੋ ਨਾ ਵੀ ਸੌਂਕਣ ਫਿਰ ਸੱਚ ਵੀ ਮੰਨ ਜਾਣਾ ਵੀ ਸੌਂਕਣ ਸੀ ਤਾਂ ਹੀ ਗੱਲ ਪੱਕ ਗਈ ਹੈ ਨਹੀਂ ਸ਼ੌਂਕਣ ਕੇ ਸੌਂਕਣ ਅੱਛਾ ਯਾਰ ਮੈਂ ਤੁਹਾਡੇ ਨਾਲ ਕੁਛ ਗੱਲ ਕਰਨੀ ਹੈ ਖੜ ਜਾਓ ਤੁਸੀਂ ਜ਼ਰੂਰੀ ਗੱਲ ਕਰਨੀ ਪਹਿਲਾਂ ਵੈਸੇ ਆਪਾਂ ਪਹਿਲਾਂ ਕੀ ਕਰਦੇ ਨਹੀਂ ਕਰਦੇ ਵੀ ਪਹਿਲਾਂ ਤਾਂ ਆਪਾਂ ਚਲੋ ਹਾਸਾ ਮਜ਼ਾਕ ਹੋ ਗਿਆ ਵੀ ਸੀਰੀਅਸ ਗੱਲ ਕਰਨੀ ਹੈ ਚਲੋ ਫਿਰ ਸੀਰੀਅਸ ਚਲੋ ਬੰਦ ਕਰੋ ਬੰਦ ਕਰੋ ਲਓ ਕੌਣ ਰਵੀਨਾ ਨੇ ਚੱਕਣਾ ਹਾਂਜੀ ਚੱਕੋ ਰਵੀਨਾ ਆਓ ਓ ਆ ਗਿਆ ਸਾਰੀਆਂ ਉੱਤੇ ਰੱਖ ਦੋ ਬਸ ਓਕੇ ਲੈ ਵੀ ਆਪਾਂ ਫਿਰ ਖਮੀਚੀ ਹੁਣ ਤੂੰ ਰੋਸ਼ਨ ਚੱਕ ਇੱਕ ਚੀਜ਼ ਰਹਿ ਗਈ ਹੋਣੀ ਹੁਣ ਚ ਇੱਕੋ ਹੀ ਰਹਿ ਗਈ ਵਧੀਆ ਮਾਲਦਾਰ ਚੀਜ਼ ਉਹ ਇੱਕ ਮਿੰਟ ਆ ਚੱਕ ਲੈ ਚੱਲ ਅਖਬਾਰ ਹੈ ਅਖਬਾਰ ਲੈ ਇਹ ਤਾਂ ਪਹਿਲੇ ਹੀ ਬੱਜਿਆ ਹੋਇਆ ਇਹਦਾ ਬੈਟ ਬੱਜਾ ਬਾਬਰੋਲੇ ਵਾਂਗੂ ਫਿਰ ਦਿਲ ਨੱਚਦਾ ਬਾਬਰੋਲੇ ਵਾਂਗੂ ਫਿਰ ਦਿਲ ਨੱਚਦਾ ਅੱਖੀਆਂ ਦੇ ਵਿੱਚ ਹੁੰਦੀ ਲੋੜ ਵੱਖਰੀ ਪੱਬਾਂ ਉੱਤੇ ਲਾ ਕੇ ਸਾਰਾ ਪਿੰਡ ਰੱਖ ਦੇ ਹੁੰਦੀ ਆ ਪਰੌਣਿਆਂ ਦੀ ਡੋਰ ਵੱਖਰੀ ਪੱਬਾਂ ਉੱਤੇ ਲਾ ਕੇ ਸਾਰਾ ਪਿੰਡ ਰੱਖ ਦੇ ਹੁੰਦੀ ਆ ਪਰੌਣਿਆਂ ਦੀ ਟੌਰ ਵੱਖਰੀ ਹੋਏ ਹੁੰਦੀ ਆ ਪਰੌਣਿਆਂ ਦੀ ਟੌਰ ਵੱਖਰੀ ਹੋਏ ਹੋਏ ਇਹਦੇ ਚ ਕੋਈ ਸੁਰ ਵੱਜਦਾ ਨਹੀਂ ਬਸ ਉਹੀ ਡਿਸਟਰਬ ਕਰੀ ਗਿਆ ਓਏ ਹੋਏ ਕੀ ਬਾਤ ਹੈ ਜੀ ਉਹਦਾ ਵੀ ਗਲਾ ਬੈਠਿਆ ਵੱਜ ਚਲੋ ਜੀ ਦੇਖੋ ਸਾਡੀ ਪਿਟਾਰਾ ਵਾਲੀ ਗੇਮ ਇੰਨੀ ਵਧੀਆ ਤੇ ਸੋਹਣੀ ਸੁਨੱਖੀ ਖੇਡੀ ਤੁਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਛੋਟਾ ਜਿਹਾ ਗਿਫਟ ਦਿੱਤਾ ਜਾਏਗਾ ਲਾਲੀਪੌਪ ਸੱਚੀ ਬਹੁਤ ਛੋਟਾ ਜਿਹਾ ਗਿਫਟ ਹੈ ਥੈਂਕ ਯੂ ਤੁਹਾਨੂੰ ਗ੍ਰੀਨ ਯੈਲੋ ਆਹ ਦੇ ਦੇਣਾ ਮੈਂ ਨਹੀਂ ਦੇ ਨਹੀਂ ਦੇ ਹਾਂ ਮੈਂ ਵੀ ਨਾ ਮੈਨੂੰ ਹਰਾ ਭਰਿਆ ਦਿੱਤਾ ਦੇਖੋ ਹਰਾ ਵੈਰੀ ਨਾਈਸ ਥੈਂਕ
ਯੂ ਸੋ ਮਚ ਥੈਂਕ ਯੂ ਥੈਂਕ ਯੂ ਜੀ ਪਟਾਰਾ ਵਾਲੀ ਗੇਮ ਤਾਂ ਤੁਸੀਂ ਸਾਰਿਆਂ ਨੇ ਵਧੀਆ ਖੇਡੀ ਨਾ ਇਹ ਸਾਡੀ ਅਗਲੀ ਗੇਮ ਹੈਗੀ ਹੈ ਜੀ ਕੁਸਰ ਮੁਸਰ ਅੱਛਾ ਅੱਛਾ ਕੁਸਰ ਮਸਰ ਅਰੇ ਕੱਤੀ ਕੁੜੀ ਹੈ ਯਾਰ ਬਹੁਤ ਖਰਾਬ ਕਰਦੀ ਆ ਬਸ ਆ ਕੁਸਰ ਮੁਸਰ ਨਹੀਂ ਆਵਲੀ ਆਪਾਂ ਕੁਸਰ ਮੁਸਰ ਨਹੀਂ ਕਰਨੀ ਇਹ ਮੈਂ ਤੁਹਾਡੇ ਤਿੰਨਾਂ ਨਾਲ ਖੇਡੂੰਗੀ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਅਨਮੋਲ ਜੀ ਨਾਲ ਖੇਡਾਂਗੇ ਅਤੇ ਨਾ ਇਹਦੇ 'ਚ ਮੈਂ ਉੱਚੀ ਉੱਚੀ ਆਵਾਜ਼ 'ਚ ਗਾਣਾ ਲਾ ਦੇਣਾ ਅਤੇ ਮੈਂ ਕੁਛ ਬੋਲੂੰਗੀ ਤੁਸੀਂ ਮੇਰੀ ਲਿਪ ਸਿੰਗ ਤੋਂ ਪੁੱਜਣਾ ਆ ਮੈਂ ਕੀ ਬੋਲ ਰਹੀ ਹਾਂ ਠੀਕ ਹੈ ਜੀ ਚਲੋ ਜੀ ਸੁਣਦਾ ਨਹੀਂ ਰਿਹਾ ਨਾ ਕੁਛ ਚਲੋ ਜੀ ਤੁਹਾਨੂੰ ਗਾਣਾ ਸੁਣ ਰਿਹਾ ਨਾ ਚਲੋ ਹੁਣ ਮੈਂ ਬੋਲਦੀ ਹਾਂ ਕੁਛ ਇਹਨਾਂ ਨੇ ਮੈਨੂੰ ਬੜਾ ਤੰਗ ਕੀਤਾ ਨਾ ਉਹ ਉਸਤਾਦ ਉਹ ਉਸਤਾਦ ਦੱਸਾਂ ਦੱਸਾਂ ਤੁਹਾਨੂੰ ਦੱਸ ਕਹਿੰਦੀ ਕਰਮਜੀਤ ਮੈਂ ਤੈਨੂੰ ਬਹੁਤ ਪਿਆਰ ਕਰਦੀ ਉਹ ਉਸਤਾਦ ਝਾਗੜੀ ਮੋੜੀ ਕਹਿੰਦੀ ਥੋੜਾ ਨਹੀਂ ਬਹੁਤ ਜ਼ਿਆਦਾ ਉਹ ਉਸਤਾਦ ਕਈ ਦੱਸਣਾ ਨਹੀਂ ਕਿਸੇ ਨੂੰ ਪਰ ਉਸ ਹੌਲੀ ਹੌਲੀ ਦੱਸ ਦਿਓ ਕਹਿੰਦੀ ਚਲੋ ਦੂਜਾ ਬੋਲਦੀ ਆ ਬਾਬਾ ਮੰਮਾ ਬਾਬਾ ਪਾਪਾ ਬਾਬਾ ਮਨਾ ਲੂੰਗਾ ਕੋਈ ਚੱਕਰ ਨਹੀਂ ਮੈਨੂੰ ਨਹੀਂ ਲੱਗਦਾ ਜੇ ਅੱਛਾ ਤੁਹਾਡਾ ਵੀ ਚੀਜ਼ਾਂ ਨਹੀਂ ਮੰਨਦਾ ਕੋਈ ਨਹੀਂ ਮੰਨ ਜਾਊਗਾ ਬਾਬਾ ਚਾਕਲੇਟ ਵਾਲੀ ਬਰਫੀ ਤਿਆਰ ਕਰ ਪਾਪਾ ਨਹੀਂ ਕਹਿੰਦੇ ਜੀਜੇ ਦਾ ਰੌਲਾ ਤੁਸੀਂ ਨਹੀਂ ਮੰਨਦੇ ਠੀਕ ਹੈ ਮੈਂ ਠੀਕ ਹਾਂ ਲਾਵਾ ਫੇਰੇ 16 ਫਰਵਰੀ 16 ਫੇਬਰੀ ਯਾਰ ਅੱਧਾ ਨੰਬਰ ਹੇ ਯੂ ਅੰਗਰੂ ਅੰਗੂਰ ਕੱਟਿਆਂ ਕੱਟਿਆਂ ਹੇ ਯੂ ਦਿਸ 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 ਡਾਂਸ ਨੱਚ ਨੱਚ ਕੇਲੇ ਪੈਕ ਕਰ ਦੋ ਕੇਲੇ ਪੈਕ ਕਰ ਦੋ ਚਲੋ ਰੁਕੋ ਤੁਹਾਡੇ ਰੀ ਮੈਂ ਲਾਉਣੀ ਕੋਈ ਉਹ ਮੇਰੀ ਹੈ ਜੀ ਉਹ ਮੇਰੀ ਉਹ ਬੇਟੇ ਉਹ ਮੇਰੀ ਲੁੱਕ ਤੇ ਮਰਦੀ ਸੀ ਉਹ ਮੇਰੀ ਲੁੱਕ ਤੇ ਮਰਦੀ ਸੀ ਹਾਏ ਹਾਏ ਮੈਂ ਕਿਸੇ ਹੋਰ ਤੇ ਮਰਦਾ ਸੀ ਹੈ ਜੀ ਹਾਂ ਉਹ ਮੇਰੀ ਲੁੱਕ ਤੇ ਮਰਦੀ ਸੀ ਉਹ ਮੇਰੀ ਲੁੱਕ ਤੇ ਮਰਦੀ ਸੀ ਮੈਂ ਕਿਸੇ ਹੋਰ ਤੇ ਮਰਦਾ ਸੀ ਮੈਂ ਕਿਸੇ ਹੋਰ ਤੇ ਮਰਦਾ ਸੀ ਆਜਾ ਪਿੰਗਾ ਪਾਈਏ ਸਾਵਨ ਦੀਆਂ ਆਜਾ ਭੰਗੜਾ ਪਾਈਏ ਭੰਗੜਾ ਤੇ ਪਾਵਾਂਗੇ ਵਿਆਹ ਤਾਂ ਹੋ ਲੈਣ ਦੋ ਵਿਆਹ ਤਾਂ ਹੁਣ ਤਾਂ 16 ਫਰਵਰੀ ਆਉਣ ਤੇ ਤਾਂ ਫੇਰ ਪਾਵਾਂਗੇ ਆਜਾ ਪਿੰਗਾ ਪਾਈਏ ਆਜਾ ਇਹ ਮੈਨੂੰ ਇਹ ਦੱਸੋ ਵੀ ਇਹ ਗੇਮ ਦੇ ਵਿੱਚ ਜਾਂ ਪਰਸਨਲ ਸਵਾਲ ਨੇ ਆਪਸ ਵਿੱਚ ਹੱਸੀ ਜਾਂਦੇ ਹੋ ਆਜਾ ਪਿੰਗਾ ਪਿੰਗਾ ਪਾਈਏ ਪਿੰਗਾ ਇਧਰੋਂ ਉਧਰ ਜਾਣਾ ਇਧਰੋਂ ਉਧਰ ਜਾਣਾ ਇਹਦੀ ਪਿੰਗਾ 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 ਪਪੀਤਾ ਇਹਨਾਂ ਨੂੰ ਪਪੀਤਾ ਖਵਾਇਓ ਪਹਿਲਾਂ ਤਾਂ ਜਾ ਕੇ ਆਜਾ ਪਿੰਗਾ ਪਾਈਏ ਸਾਵਨ ਅੱਜ ਪਾਪਾ ਨੇ ਹਾਂ ਹਾਂ ਕਰਤੀ ਚਲੋ ਹਾਂ 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 ਵੈਰੀ ਗੁੱਡ ਵੈਰੀ ਗੁੱਡ ਆਜਾ ਪਿੰਗਾ ਪਾਈਏ ਸਾਵਨ ਤੇ ਅੱਛਾ ਚਲੋ ਜੀ ਹੁਣ ਤੁਸੀਂ ਸਾਡੀ ਜੁੜਾ ਕੇ ਰੱਖੋ
ਹੁਣ ਦੇਖੋ ਸਾਡੀ ਤੁਸੀਂ ਲਾਲੀਪੌਪ ਦਿਲ ਚ ਜੜਾ ਕੇ ਰੱਖੂਗਾ ਬਿਲਕੁਲ ਬਿਲਕੁਲ ਰੱਖਣਾ ਚਾਹੀਦਾ ਯਾਰ ਉਸ ਸ਼ੌਂਕਰ ਨੇ ਦਿੱਤਾ ਸਾਨੂੰ ਬੰਦਾ ਹੈ ਕਿ ਨਹੀਂ ਉਹ ਤਾਂ ਰਵੀਨਾ ਕਰਕੇ ਕਹਿ ਰਿਹਾ ਹੁਣ ਦੇਖੋ ਇੰਨੀ ਵਧੀਆ ਗੇਮ ਖੇਡੀ ਤੁਸੀਂ ਇੱਕ ਗੇਮ ਤੁਹਾਡੇ ਲਈ ਹੋਰ ਆ ਖਾਸ ਅੱਛਾ ਜੀ ਠੀਕ ਹੈ ਜੀ ਚਿੜੀ ਓ ਡਿਕਾਊਂਟ ਠੀਕ ਹੈ ਜੀ ਰਵੀਨਾ ਨੂੰ ਸਾਰੀ ਆਉਂਦੀ ਹੈ ਦੇਖੋ ਕਿ ਹਾਂਜੀ ਮੈਨੂੰ ਆਉਂਦੀ ਹੈ ਖੇਡੀਏ ਹੁਣ ਚਲੋ ਜੀ ਅਨਮੋਲ ਜੀ ਮੈਂ ਤੁਹਾਨੂੰ ਪੁਆਇੰਟ ਦਊਂਗੀ ਮੈਂ ਦੇਖੂੰਗੀ ਕੋਈ ਚਲਾਕੀ ਨਾ ਕਰੇ ਤੇ ਤੁਸੀਂ ਚਿੜੀ ਓ ਡਿਕਾਊਂਟ ਇਹਨਾਂ ਨੂੰ ਖਿਡਾਓ ਜਰਾ ਚਲੋ ਜੀ ਚਲੋ ਜੀ ਚਿੜੀ ਉੱਡ ਕਾਂ ਉੱਡ ਸ਼ੇਰ ਉੱਡ ਕਬੂਤਰ ਉੱਡ ਆ ਕਿਵੇਂ ਉਡਾਉਣਾ ਉਹ ਕਬੂਤਰ ਇੱਕ ਬੈਠਾ ਵੀ ਮੈਂ ਇੱਕ ਉਂਗਲ ਰੱਖੋ ਮੈਂ ਤਾਂ ਫਿਰ ਜਿਹੜੀ ਉੱਡ ਗਈ ਠੀਕ ਹੈ ਜਿਹੜੀ ਖੜੀ ਖੜੀ ਬੱਕਰੀ ਉੱਡ ਨਹੀਂ ਨਹੀਂ ਇੱਕ ਰੱਖੋ ਬਾਜ਼ ਉੱਡ ਖਰਗੋਸ਼ ਉੱਡ ਨਹੀਂ ਉੱਡਦਾ ਨਹੀਂ ਨਹੀਂ ਮੈਂ ਬੱਸ ਉੱਡ ਬੱਸ ਚੱਲ ਰਵੀਨਾ ਕਿਉਂ ਨਹੀਂ ਉਡਾ ਰਹੀ ਘੁੱਗੀ ਉੱਡ ਭਾਜੀ ਨੂੰ ਨਹੀਂ ਭਾਜੀ ਹਾਰਨੈਸ ਨਾ ਉੱਡ ਸਕਦੇ ਬਸ ਫਿਰ ਨਹੀਂ ਨਹੀਂ ਬਾਕੀ ਵੀ ਉਡਾਓ ਅੱਛਾ ਕੀ ਕਿਹੜਾ ਮੈਂ ਸਾਰੇ ਤਾਂ ਜਾਨਵਰ ਉਡਾ ਤੇ ਆਪਣਾ ਕੀ ਆਪਣਾ ਗਿਟਾਰ ਉੱਡ ਹੈ ਜੀ ਗਿਟਾਰ ਉੱਡ ਐ ਨਹੀਂ ਉੱਡਦੀ ਗਿਟਾਰ ਉੱਡਦੀ ਹੈ ਜੀ ਕਿਉਂ ਗਿਟਾਰ ਹੁੰਦੀ ਹੈ ਗਿਟਾਰ ਨਹੀਂ ਕਹਿ ਮੈਂ ਗਿਟਾਰ ਆ ਕੀ ਗੱਲ ਬਣ ਲੈ ਗਿਟਾਰ ਪੰਛੀ ਹੈ ਅੱਛਾ ਫਿਰ ਉੱਡ ਹਾਂ ਕਿਵੇਂ ਆ ਜਾ ਉਹ ਸਾਨੂੰ ਤਾਂ ਚਲੋ ਯਾਰ ਦੋ ਇਹਨਾਂ ਨੂੰ ਜਿਹੜਾ ਲੂਣ ਮਿਰਚ ਮਸਾਲਾ ਕਰੋ ਆਹ ਲੂਣ ਮਿਰਚ ਆ ਤਪੜੇ ਲਾਉਣੇ ਧਿਆਨ ਨਾਲ ਜਾਰੀ ਕੁੜੀ ਵੀ ਬੈਠੀ ਵਿੱਚ ਨਾ ਇਹ ਚੀਟਿੰਗ ਹੈ ਇਹ ਚੀਟਿੰਗ ਹੈ ਚੀਟਿੰਗ ਹੈ ਨਾ ਇਹ ਚੀਟਿੰਗ ਹੈ ਮੈਂ ਹੁਣ ਰੱਖਣਾ ਚਾਹੀ ਮੈਂ ਬਚਾਉਣਾ ਤਾਂ ਬਚਾਉਣਾ ਨਹੀਂ ਬਚਾਉਣਾ ਬਚਾਉਣਾ ਕੁਝ ਨਹੀਂ ਹੈਗਾ ਮੈਂ ਇੱਧਰ ਨੂੰ ਆ ਜਾਊਂਗਾ ਫਿਰ ਓਏ ਓਏ ਵਾਹ ਚਲੋ ਜੀ ਬਹੁਤ ਆਗੇ ਬਹੁਤ ਇੱਕ ਬਹੁਤ ਥੈਂਕ ਯੂ ਜੀ ਕੀ ਬਾਤ ਹੈ ਚਲੋ ਜੀ ਹੁਣ ਦੈਟ ਵਾਸ ਫਨ ਦੇਖੋ ਇੱਕ ਮਿੰਟ ਗ੍ਰੀਨ ਹੋਰ ਲਾਲੀਪੌਪਸ ਵਾਓ ਇਹ ਗ੍ਰੀਨ ਵਾਲੇ ਸਾਰੇ ਲੈਣੇ ਆ ਦੇਖੋ ਇੰਨੀ ਵਧੀਆ ਗੇਮ ਤੁਸੀਂ ਖੇਡ ਰਹੇ ਹੋ ਤੇ ਮੈਨੂੰ ਰੰਗ ਦੇਖੋ ਗ੍ਰੀਨ ਵਾਲਾ ਤੁਹਾਡੇ ਲਈ ਔਰੇਂਜ ਵਾਲਾ ਤਾਂ ਠੀਕ ਹੈ ਨਾ ਰੰਗ ਸਾਰਾ ਬਹੁਤ ਵਧੀਆ ਜੀ ਮੈਨੂੰ ਤਾਂ ਸਾਰੇ ਰੰਗ ਯੈਲੋ ਇਕੱਠੇ ਹੋ ਗਏ ਸਾਰੇ ਚਲੋ ਜੀ ਬਹੁਤ ਵਧੀਆ ਗੇਮ ਖੇਡੀ ਨਾ ਆਪਾਂ ਫਿਰ #ਬ੍ਰੇਕ ਲੈ ਲਈਏ ਹਾਂਜੀ ਚਲੋ ਜੀ ਤੁਸੀਂ ਆਪਣਾ ਆਪਣਾ # ਜੋੜੋ ਤੇ ਅਸੀਂ ਜੋੜਦੇ ਹਾਂ ਜੀ ਅਨਮੋਲ ਜੀ ਨਾਲ ਤੇ ਅੱਧਾ #ਰੋਸ਼ਨ ਪ੍ਰਿੰਸ ਜੀ ਦਾ ਅੱਧਾ #ਰੁਬੀਨਾ ਬਾਜਵਾ ਦਾ ਅੱਧਾ # ਕਰਮਜੀਤ ਅਨਮੋਲ ਜੀ ਦਾ ਤੇ ਅੱਧਾ #ਸ਼ੌਂਕਨ ਸ਼ੌਂਕਨ ਦਾ ਯਾਰ ਪੂਰਾ ਪੂਰਾ ਆਪੇ ਜੋੜ ਲਿਓ ਮੈਨੂੰ ਤਾਂ ਨੀ ਲੱਗਦਾ ਜਿਹਦੇ ਹੋਣੇ ਜਿਹਦੇ ਕਰਕੇ ਤੈਨੂੰ ਲੱਗਦਾ ਉਹ ਜਦੋਂ ਕਹਿ ਰਿਹਾ ਦੋ ਹੋਰ ਬੈਠੇ ਨੇ ਤੁਸੀਂ ਆਪਦੀ ਹਰੀ ਝੰਡੀ ਦੇਤੀ ਦੋ ਹੋਰ ਬੈਠੇ ਨੇ ਅੱਛਾ ਇੱਕ ਵਾਰ ਅਨਮੋਲ ਜੀ ਤੁਹਾਨੂੰ ਸਭ ਤੋਂ ਵਧੀਆ ਅਨਮੋਲ ਜੀ ਦਾ ਕਿਹੜਾ ਡਾਇਲੋਗ ਲੱਗਿਆ ਸਾਗ ਵਾਲਾ ਹਾਂ ਸਾਗ ਵਾਲਾ ਸਾਗ ਵਾਲਾ ਉਹ ਜਿਜੇ ਦੀ ਸਲਾਹ ਤੋਂ ਬਿਨਾਂ ਘਰ 'ਚ ਕੋਈ ਸਾਗ ਨਹੀਂ ਧਰਦਾ ਉਹ ਤੁਸੀਂ ਮੁੰਡੇ ਦਾ ਵਿਆਹ ਹੀ ਧਰਦਾ ਕੀ ਬਾਤ ਹੈ ਅੱਛਾ ਰੋਸ਼ਨ ਰੁਬੀਨਾ ਦਾ ਫੇਵਰੇਟ ਡਾਇਲੋਗ ਡੈਡੀ ਦੇ ਡੈਡੀ ਟੈਡੀ ਗੁੱਡੀ ਦੀ ਗੱਲ ਕਰਦੇ ਆ ਓ ਡਾਈ ਦੀ ਗੁੱਡੀ ਆ ਵੀ ਮੈਨੂੰ ਯਾਦ ਆਉਂਦਾ ਨਾ ਹਾਂ ਕਿ ਰੁਬੀਨਾ ਰੋਸ਼ਨ ਦਾ ਤੁਹਾਨੂੰ ਕਿਹੜਾ ਵਧੀਆ ਡਾਇਲੋਗ ਲੱਗਦਾ ਆਪਣਾ ਕੀ ਆਪਣਾ ਬੀਐਨਜੀ ਦਾ ਆਪੋਜ਼ਿਟ ਜਿਹੜਾ ਆਪਾਂ ਸੋਚ ਰਹੇ ਸੀਗੇ ਸੱਸ ਵਾਲਾ ਜੀ ਹਾਂ ਹਾਂ ਉਹ ਇਸ ਵਾਰੀ ਇਹਨਾਂ ਨੂੰ ਲੈਣਾ ਬੇ ਵੀਰ ਜੀ ਕਲਾਕਾਰਾਂ ਦਾ ਜਿਹੜਾ ਲੋਕਾਂ ਦਾ ਦਿਮਾਗ ਜੀਜੇ ਨੇ
ਇਹ ਵੈਸੇ ਬੇਇੱਜ਼ਤੀ ਸੀ ਕਿ ਇਹ ਤੁਹਾਡੇ ਮਤਲਬ ਕਲਾ ਜਿਹੜੀ ਬੋਲਣ ਦੀ ਉਹਦੀ ਤਾਰੀਫ਼ ਸੀ ਸ਼ੌਂਕਣ ਵੱਲੋਂ ਤੇ ਪਿਟਾਰਾ ਵੱਲੋਂ ਤੁਹਾਡਾ ਮੂੰਹ ਤਾਂ ਮਿੱਠਾ ਕਰਨਾ ਪੈਣਾ ਥੋੜਾ ਜਿਹਾ ਨਮਕੀਨ ਕਰਨਾ ਵੀ ਬਣਦਾ ਆ ਦੇਖੋ ਵਿਆਹ ਦੀ ਭਾਜੀ ਅਸੀਂ ਪਹਿਲਾਂ ਹੀ ਰੱਖ ਲਈ ਕਿਉਂਕਿ ਕਹਿ ਰਹੇ ਹੋਣੇ ਹੀ ਹੋਣੇ ਨੇ ਲਾਵਾਂ ਫਿਰ 16 ਨੂੰ ਓਕੇ ਸੋ ਪਲੀਜ਼ ਥੈਂਕ ਯੂ ਲਓ ਜੀ ਮਾ ਦਿਓ ਤੁਸੀਂ ਵੀ ਖਾ ਆਹਾ ਚਲੋ ਜੀ ਬਈ ਜਿਹੜੇ ਬੰਦੇ ਅੱਜ ਮੈਂ ਸ਼ੌਂਕਣ ਫਿਲਮਾਂ ਦੀ ਬੈਠੀ ਹੈ ਬਹੁਤ ਪੰਜਾਬੀ ਜਿਹੜੇ ਸਾਰੀ ਫਿਲਮਾਂ ਦੇ ਸ਼ੌਕੀਨ ਨੇ ਅਤੇ ਘਰਾਂ ਦੇ ਵਿੱਚ ਹੁਣ ਜਿਹੜੇ ਥੀਏਟਰਾਂ ਦੇ ਵਿੱਚ ਨਹੀਂ ਜਾ ਸਕਦੇ ਉਹਨਾਂ ਲਈ ਬੜਾ ਹੀ ਵਧੀਆ ਸੁਨਹਿਰੀ ਮੌਕਾ ਹੈ ਹੁਣ ਕਮਾਲ ਦਾ ਇੱਕ ਚੈਨਲ ਖੁੱਲ੍ਹਿਆ ਜਿਹ ਉਹ ਉੱਥੇ ਤੁਸੀਂ ਹਰ ਇੱਕ ਮੂਵੀ ਨਵੀਂ ਪੁਰਾਣੀ ਸਾਰੀਆਂ ਦੇਖਦੇ ਹੋ ਦੇਖ ਸਕਦੇ ਹੋ ਜਿਹਦਾ ਨਾਂ ਹੈ ਪਿਟਾਰਾ ਫਿਲਮਾਂ ਦਾ ਸ਼ੌਂਕਣ ਬਾਰੇ ਹੋਰ ਤਾਂ ਨਹੀਂ ਕੁਛ ਕਹਿਣਾ ਨਾ ਓਏ ਬਸ ਕਰ ਸ਼ੌਂਕਣੇ ਬਸ ਹੁਣ ਤਾਂ ਇਹੀ ਕਹਿਣਾ ਵੀ 16 ਫਰਵਰੀ ਨੂੰ ਸਾਰੇ ਜਾਣੇ ਆਪਣੇ ਪਰਿਵਾਰ ਸਮੇਤ ਦੇਖਣ ਜਾਇਓ ਲਾਵਾਂ ਫੇਰੇ ਬਿਲਕੁਲ ਜੀ 16 ਫਰਵਰੀ ਨੂੰ ਤੁਸੀਂ ਵੇਖਣਾ ਨਹੀਂ ਭੁੱਲਣੀ ਲਾਵਾਂ ਫੇਰੇ ਔਰ ਦੇਖਣਾ ਆ ਕਿ ਲਾਵਾਂ ਫੇਰੇ ਸ਼ੌਂਕਣ ਦੇ ਸੁਪਨੇ ਦੇ ਵਿੱਚ #ਸ਼ੌਂਕਣ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ